ਬਾਦ ਦੀ ਕਬਰ ਚ ਵੀ ਨਾਲ ਹੀ ਰੱਖਿਆ। ਆ ਜਰਾ ਮੈਂ ਵੰਡ ਕੱਢਣ ਲੱਗਾ ਵਾ, ਨਬੀ ਪਾਕ ਦੇ ਦੋ ਸੁਸਰ ਨੇ, ਦੋ ਤਮਾਦ ਨੇ। ਉਹ ਤਮਾਦਾਂ ਦੀ ਵੀ ਬੜੀ ਸ਼ਾਨ ਹੈ, ਸੁਸਰ ਦੀ ਵੀ ਬੜੀ ਸ਼ਾਨ ਹੈ, ਪਰ ਮੈਂ ਇੱਕ ਗੱਲ ਸਮਝਾ ਦੇਣਾ ਵਾ। ਉਹ ਜਿਹੜਾ ਤਮਾਦ ਨੇ ਮਸਲਾਂ ਨੂੰ ਸਮਾਨੇ ਗਣੀ ਤੇ ਮੌਲਾ ਅਲੀ ਜਦੋਂ ਤੂਲਾ ਬਣੇ, ਜਦੋਂ ਲਾੜੇ ਬਣੇ, ਮੈਂ ਪੰਜਾਬੀ ਚ ਗੱਲ ਕਰ ਰਿਹਾ, ਇਹ ਜਦੋਂ ਦੋਵੇਂ ਤੂਲਾ ਬਣੇ, ਜਦੋਂ ਦੋਵੇਂ ਲਾੜੇ ਬਣੇ, ਸੱਚ ਸਮਰ ਕੇ ਜਦੋਂ ਲਾੜੇ ਤਿਆਰ ਹੁੰਦੇ ਨੇ, ਇਹ ਦੋਵੇਂ ਜਦੋਂ ਲਾੜੇ ਬਣੇ ਤੇ ਲਾੜੇ ਬਣਨ ਤੋਂ ਬਾਅਦ ਸ਼ੇਰੇ ਬਣ ਕੇ, ਉਹ ਲਾੜੇ ਬਣਨ ਤੋਂ ਬਾਅਦ ਇਹ ਦੋਵੇਂ ਸ਼ੇਰੇ ਬਣ ਕੇ ਤੇ ਕਿੱਥੇ ਆਏ ਨੇ? ਇਹ ਨਬੀ ਪਾਕ ਦੇ ਘਰ ਆਏ ਨੇ, ਹਜ਼ੂਰ ਦੇ ਘਰ ਆਏ, ਉਸਮਾਨੇ ਗਣੀ ਤੇ ਮੌਲਾ ਅਲੀ। ਇਹ ਵੀ ਬੜੀ ਸ਼ਾਨ ਹੈ, ਸ਼ੇਰੇ ਬਣ ਕੇ, ਦੂਲੇ ਬਣ ਕੇ, ਲਾੜੇ ਬਣ ਕੇ ਨਬੀ ਪਾਕ ਦੇ ਘਰ ਆਏ ਨੇ। ਉਹ ਮੈਨੂੰ ਫਿਰ ਕਹਿਣ ਦੇ, ਇਹ ਤੇ ਲਾੜੇ ਬਣ ਕੇ ਨਬੀ ਦੇ ਘਰ ਆਏ ਨੇ, ਅਬੂ ਬਕਰ ਦੇ ਉਮਰ ਦਾ ਕੀ ਮਕਾਮ ਹੋਵੇਗਾ ਜਿਨ੍ਹਾਂ ਦੇ ਘਰ ਮੇਰਾ ਨਬੀ ਦੂਲਾ ਬਣ ਕੇ ਗਿਆ ਏ, ਸੇਰੇ ਬਣ ਕੇ ਨਬੀ ਜਿਨ੍ਹਾਂ ਦੇ ਘਰ ਗਿਆ ਏ, ਉਹ ਜਿਨ੍ਹਾਂ ਦੇ ਘਰ ਨਬੀ ਦੂਲਾ ਬਣ ਕੇ ਗਿਆ, ਫਿਰ ਉਹਨਾਂ ਦੀ ਸ਼ਾਨ ਕੀ ਹੋਵੇ? ਮੈਂ ਤੇ ਹੈਰਾਨ ਆਇਆ, ਮੈਂ ਤੇ ਹਮੇਸ਼ਾ ਇਹਨਾਂ ਦੇ ਬਾਰੇ ਹੀ ਸੋਚਦਾ ਰਹਿਣਾ, ਵਾ ਮੌਲਾ ਕਿਵੇਂ ਵੰਡ ਕੱਢ ਦਿੱਤੀ ਆ। ਦੋ ਨਬੀ ਦੇ ਘਰ ਸ਼ੇਰੇ ਬਣ ਕੇ ਆਏ, ਤੇ ਨਬੀ ਪਾਕ ਸ਼ੇਰਾ ਬਣ ਕੇ, ਦੂਲਾ ਬਣ ਕੇ ਇਹਨਾਂ ਦੋਵਾਂ ਦੇ ਘਰ ਗਏ ਨੇ। ਜਰਾ ਗੌਰ ਤੇ ਕਰ, ਇਹਨਾਂ ਚਮਾਇਆਰਾਂ ਦਾ ਮਕਾਮ ਹੀ ਬੜਾ ਵੱਖਰਾ ਹੈ। ਦੋ ਸੁਸਰ ਨੇ, ਦੋ ਦਮਾਦ, ਦੋ ਸ਼ੇਰੇ ਬਣ ਕੇ ਆਏ, ਤੇ ਦੋਵਾਂ ਦੇ ਘਰ ਮੇਰਾ ਨਬੀ ਸ਼ੇਰੇ ਬਣ ਕੇ ਗਿਆ ਹੈ। ਹੁਣ ਜਰਾ ਮੈਂ ਅਗਲੀ ਗੱਲ ਕਰਨ ਲੱਗਾ ਵਾ, ਇਹਨਾਂ ਚਾਰਾਂ ਚੋਂ ਦੋਵੇਂ ਵੱਡੇ ਉਮਰ ਵਿੱਚ ਵੀ ਅਬੂ ਬਕਰ ਤੇ ਹਜ਼ਰਤ ਉਮਰ ਪਾਕ ਨੇ, ਤੇ ਰੱਬ ਨੇ ਜਿਹੜੇ ਉਮਰੋਂ ਵੱਡੇ ਸਨ ਉਹਨਾਂ ਨੂੰ ਸੁਸਰ ਬਣਾਇਆ, ਜਿਹੜੇ ਉਮਰੋਂ ਛੋਟੇ ਸਨ ਉਹਨਾਂ ਨੂੰ ਤਮਾਦ ਬਣਾਇਆ। ਹੁਣ ਮੈਂ ਕੁਰਾਨ ਪੜ੍ਹਨ ਲੱਗਾ ਵਾ, ਜਦ ਤੱਕ ਮੈਂ ਜ਼ਿੰਦਾ ਵਾਂ ਇਸ ਜੁਮਲੇ ਦਾ ਜ਼ਿੰਮੇਦਾਰ ਆ। ਲੋਕੀ ਕਹਿੰਦੇ ਨੇ ਇਹ ਹੱਕ ਚਾਰ ਯਾਰ ਇਹ ਨਾਰਾ ਕਿੱਥੋਂ ਲਿਆ, ਤੇ ਪਹਿਲਾ ਖਲੀਫਾ ਅਬੂ ਬਕਰ ਕਿਵੇਂ, ਦੂਜਾ ਉਮਰ ਕਿਵੇਂ, ਤੀਜਾ ਉਸਮਾਨ ਕਿਵੇਂ, ਤੇ ਚੌਥਾ ਅਲੀ ਕਿਵੇਂ? ਮੈਂ ਕਿਹਾ ਸੁਣ, ਰੱਬ ਨੇ ਕੁਰਾਨ ਚ ਫਰਮਾਇਆ ਮੁਹੰਮਦ ਰਸੂਲੁਲਾ, ਮੁਹੰਮਦ ਅੱਲਾ ਦੇ ਰਸੂਲ ਹੈ, ਬੰਦਾਜ਼ੀ ਨਾ ਮਾਹੂ। ਇਸ ਤੋਂ ਮੁਰਾਦ ਹਜ਼ਰਤ ਅਬੂ ਬਕਰ ਨੇ, ਅਸ਼ਿਦਾ ਵਲਲ ਕੁਫਾਰ, ਇਸ ਤੋਂ ਮੁਰਾਦ ਫਾਰੂਕੇ ਆਜ਼ਮ ਨੇ, ਰੂਹਾਵਾਉ ਬੈਨਾ ਹੁਮ, ਇਸ ਤੋਂ ਮੁਰਾਦ ਉਸਮਾਨੇ ਖਣੀ ਨੇ, ਤਰਾ ਹੁਮ ਰੁਕਾਨ ਸੁੱਚਾ ਦਾ, ਇਸ ਤੋਂ ਮੁਰਾਦ ਸ਼ੇਰੇ ਖੁਦਾ ਹੈਦਰੇ ਕਰਾਰ।